ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਇਹ ਸੇਵਾ ਕਿਵੇਂ ਮਿਲਦੀ? ਆਓ ਸਾਰੇ ਰਲ ਕੇ ਅੰਚਲ ਗਏ ਕੇ ਸਾਧਕਾ ਤਰਨ ਏ ਸੰਸਾਰ ਤਰਨ ਏ ਸੰਸਾਰ ਅੰਚਲ ਗਏ ਕੇ ਸਾਧਕਾ ਅੰਚਲ ਗਏ ਕੇ ਸਾਧਕਾ ਤਰਨ ਸੰਸਾਰ ਤਰਨ ਸੰਸਾਰ ਅੰਚਲ ਗਏ ਕੇ ਸਾਧਕਾ ਤਰਨ ਸੰਸਾਰ ਚਲ ਗੁਰੂ ਦਾ ਪੱਲਾ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਤੁਸੀਂ ਪੱਲਾ ਫੜ ਲੋਗੇ ਹਰ ਬ੍ਰਹਮ ਅਰਾਧਿਐ ਉਦਰ ਸਭ ਪਰਵਾਰ ਹਰ ਬ੍ਰਹਮ ਅਰਾਧਿਐ ਉਦਰ ਸਭ ਪਰਵਾਰ ਅੰਚਲ ਗਏ ਕੇ ਸਾਧਕਾ ਤਰਨਾਏ ਸੰਸਾਰ ਅੰਚਲ ਗਏ ਕੇ ਸਾਧਕਾ ਤਰਨਾਏ ਸੰਸਾਰ ਮਿੱਠੇ ਹਰ ਗੁਣ ਗਾਓ ਜਿੰਦੋ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆ ਮਿਲਨ ਥਾਵੇਂ ਥਾਓ ਜਪੋ ਸੱਚੇ ਸੇਤੀ ਰਤਿਆ ਮਿਲਨ ਥਾਵੇਂ ਥਾਓ ਮਿਲਿਆਨ ਥਾਵੇਂ ਥਾਵੇਂ ਜਪੋ ਅੰਚਲ ਗਏ ਕੇ ਸਾਧਕਾ ਅੰਚਲ ਗਏ ਕੇ ਸਾਧਕਾ ਸਾਧ ਕਰਦਾ ਕੀ ਹੈ ਸਾਧ ਕੀ ਨਿਬੇੜਾ ਕਰਦਾ ਜਿਹਨੇ ਮਨ ਨੂੰ ਸਾਧਿਆ ਸਾਧ ਕਹਿੰਦੇ ਕਿਸ ਨੂੰ ਨੇ ਸਾਧ ਉਸ ਨੂੰ ਕਹਿੰਦੇ ਨੇ ਜਿਹਦੀ ਬਾਣੀ ਸੁਣ ਕੇ ਨਾਮ ਰੁਕਿਆ ਤੇ ਚੱਲ ਪਵੇ ਦੂਜਾ ਸਾਧ ਕਿਹਨੂੰ ਕਹਿੰਦੇ ਨੇ ਸਾਧ ਦੇ ਝਾਕਣ ਨਾਲ ਸਾਧ ਦੀ ਸ਼ੋਅ ਨਾਲ ਸਾਧ ਦੇ ਬੋਲ ਨਾਲ ਜੀਵਨ ਪਲਟਾ ਖਾ ਜਾਂਦੇ ਨੇ ਖਾਂਦੇ ਰਹਿਣਗੇ ਕਹਿੰਦੇ ਜਿਹਦੇ ਵਚਨ ਸੁਣ ਕੇ ਮਨ ਉਤਾਵਲਾ ਨੂੰ ਜਿਹਦੇ ਵਚਨ ਸੁਣ ਕੇ ਮਨ ਵਿੱਚ ਫਰਕ ਆ ਜਾ ਜਪੋ ਅੰਚਲ ਗਏ ਕੇ ਸਾਧਕਾ ਤਰਨਾਏ ਸੰਸਾਰ ਅੰਚਲ ਗਏ ਕੇ ਸਾਧਕਾ ਤਰਨਾਏ ਸੰਸਾਰ
पार ब्रह्म आराधिए उधर सब परवार उधर सब परवार अंचल गए के साध मित्रता होए ऐसी मित्रता वो मित्रता बन गई भरोसा बन गया साजन बंद सो मित्र सो हर नाम हृदय देवा साजन बंद सो मित्र सो हर नाम अवगुण सब मिटाए के पर उपकार करे अवगुण सब मिटाए के पर उपकार करे कपो अंचल गए के साथ का करनाए संसार मालिक जाना थे घर हर के चरण दान नानक जाचे दर तेरे प्रभ तुदनो मंगे दान प्रभ तुदनो मंगे दान प्रभ तुदनो मंगे दान जपो अंचल गए के साध का शरणाए संसार अंचल गए के साध का शरणाए संसार पार ब्रह्म आराधिए उधर सब परवार पार ब्रह्म आराधिए उधर सब परवार अंचल गए के साध का साध साध करदा की है साधु कदे वेला नहीं बैठा हुंदा कहंदे जदों किसे साधु कोल जाओ बिना आज्ञा तो कदे उहदे कमरे च ना बड़ जाओ वो कदे वेला नहीं हुंदा किसे ना किसे अभ्यास च हुंदा असीं कहंदे आ वेला बैठा है साधु जेड़ा बन गया कदे वेला होया ही नहीं जड़ा वेला वो साधु नहीं साधु हमेशा किसी ना किसी काम च लगा रहता कोई ना कोई परोपकार करता रहता कुछ संसार दियां ड्यूटियां कुछ अकाल पुरख दियां ते कुछ बाणी अभ्यास कहिंदे ने जदों किसी साधु कोल जाना होवे खाली हथी ना जाओ जो पदार्थ लैके जाओगे जो उन्होंने हाथ ला के वो तुहाडे झोले च पाएगा तुहाडे कोल उहदे च शक्ति प्रवेश होए ताहीं ते माता गंगा साधु कोल प्रशादा लैके गई सी ना खाली हथी नहीं गई वो पदार्थ लैके गई जिहदी कदर जानदे सन साधु कदे सोने दे बर्तना च नहीं साधु वो मिस्सी रोटी ते चार ते गंडे साधु का की पता है
ਉਹ ਖੁਸ਼ ਹੋ ਜਾਏ ਤੇ ਮਿੱਸੀ ਰੋਟੀ ਤੇ ਹੋ ਜਾਏ, ਨਾ ਹੋਵੇ ਤੇ 36 ਪਦਾਰਥਾਂ ਦੇ ਨਾ ਹੋਵੇ, ਉਹ ਤੇ ਮਰਜ਼ੀ ਦਾ ਮਾਲਕ। ਸਾਧੂ ਖੁਸ਼ ਹੋ ਜਾਏ ਤੇ ਖੜਾਵਾਂ ਤੇ ਖੁਸ਼ ਹੋ ਜਾਏ, ਤਿੱਲੇ ਵਾਲੀ ਜੁੱਤੀ ਤੇ ਨਾ ਹੋਵੇ। ਸਾਧੂ ਖੁਸ਼ ਹੋ ਜਾਏ ਤੇ ਬੋਰੀ ਤੇ ਖੁਸ਼ ਹੋ ਜਾਏ, ਉਹ ਰੇਸ਼ਮੀ ਚਾਦਰ ਤੇ ਨਾ ਖੁਸ਼ ਹੋਵੇ। ਇਸੇ ਕਰਕੇ ਤੇ ਸਾਧੂ ਕੋਈ ਪੂਰਾ ਪੂਰਾ ਸਾਧੂ ਟੋਲਿਓ ਜਿਹੜਾ ਆਪ ਹੀ ਭਰੋਸਾ ਕਰਦਾ ਹੋਵੇ ਗੁਰੂ ਗ੍ਰੰਥ ਸਾਹਿਬ ਤੇ, ਤੇ ਤੁਹਾਨੂੰ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇ, ਆਪ ਜੁੜਿਆ ਹੋਵੇ। ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇ ਤਾਪ ਖਿਆਨੇ। ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇ ਤਾਪ ਖਿਆਨੇ। ਸਾਧੂ ਦੀ ਮਹਿਮਾ ਇੱਕ ਸਾਧ ਬਚਨ ਅਟਲਾ ਦਾ, ਕਿਉਂਕਿ ਕਹਿੰਦੇ ਨੇ ਕੁੱਤੇ ਦਾ ਵੱਢਿਆ ਆਰਾਮ ਆ ਜਾਂਦਾ, ਤਲਵਾਰ ਦਾ ਕੱਟਿਆ ਜ਼ਖਮ ਰਾਜੀ ਹੋ ਜਾਂਦਾ, ਅੱਗ ਦਾ ਸੜਿਆ ਠੀਕ ਹੋ ਜਾਂਦਾ, ਸੱਪ ਦਾ ਕੱਟਿਆ ਠੀਕ ਹੋ ਜਾਂਦਾ। ਪਰ ਜੇ ਕਿਸੇ ਸਾਧੂ ਨੇ ਕੱਟ ਦਿੱਤਾ ਉਹਨੂੰ ਆਰਾਮ ਨਹੀਂ ਆਉਂਦਾ। ਹੁਣ ਤੁਸੀਂ ਕਹੋਗੇ ਕੋਈ ਉਦਾਹਰਣ ਦਿਓ ਵੀ ਆਰਾਮ ਕਿਵੇਂ ਨਹੀਂ ਆਉਂਦਾ। ਸਾਧਕੀ ਉਪਮਾ ਹੈ ਗੁਣ ਦੇ ਦੂਰ, ਸਾਧਕੀ ਉਪਮਾ ਰਹੀ ਭਰਪੂਰ। ਸਾਧਕੀ ਸੋਭਾ ਕਾ ਨਹੀਂ ਅੰਤ, ਸਾਧਕੀ ਸੋਭਾ ਸਦਾ ਬੇਅੰਤ। ਸਾਧਕੀ ਸੋਭਾ ਊਚ ਤੇ ਊਚੀ, ਸਾਧਕੀ ਸੋਭਾ ਮੂਚ ਤੇ ਸਾਧਕੀ ਸੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਗੱਲ ਸਾਧਕੀ ਸੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਰਿਆਂ ਨੇ ਪੜਿਆ ਹੋਵੇਗਾ, ਇਤਿਹਾਸ ਵੇਖਿਆ ਹੋਵੇਗਾ, ਜਦੋਂ ਅਭਿਮੰਨਿਓ ਇਹ ਕਥਾ ਸਾਧ ਦੀ ਸੁਣ ਰਿਹਾ ਸੀ ਚੱਕਰਵਿਓ ਦੀ, ਤੇ ਜਿੰਨੇ ਚਿਰ ਉਹਨੇ ਸੁਣੀ ਉਹਨੂੰ ਚੱਕਰਵਿਓ ਦੇ ਵਿੱਚ ਜਾਣਾ ਦਾ ਤਾਂ ਪਤਾ ਲੱਗਿਆ, ਪਰ ਉਹਨੂੰ ਜਦੋਂ ਆਉਣ ਦਾ ਵੇਲਾ ਸੀ ਉਦੋਂ ਨਿੰਦਰ ਆ ਗਈ, ਮਾਂ ਸੌਂ ਗਈ, ਤੇ ਜਦੋਂ ਮਾਂ ਸੌਂ ਗਈ ਪੁੱਤਰ ਵੀ ਅੰਦਰ ਸੌਂ ਗਿਆ। ਅਭਿਮੰਨਿਓ ਦੇ ਬਾਦ ਉਹਦਾ ਪੁੱਤਰ ਰਾਜਾ ਪ੍ਰੀਸ਼ਤ ਹੋਇਆ। ਰਾਜਾ ਪ੍ਰੀਸ਼ਤ ਜਦੋਂ ਸ਼ਿਕਾਰ ਖੇਡਣ ਜਾ ਰਿਹਾ ਸੀ ਤੇ ਸ਼ਿਕਾਰ ਖੇਡਦਿਆਂ ਖੇਡਦਿਆਂ ਉਹਨੂੰ ਇੰਨੀ ਤਰੇਹ ਲੱਗ ਗਈ, ਇੰਨਾ ਪੈਂਡਾ ਕਰ ਲਿਆ ਸ਼ਿਕਾਰ ਦੇ ਪਿੱਛੇ, ਸ਼ਿਕਾਰ ਵੀ ਨਿਕਲ ਗਿਆ, ਸ਼ਿਕਾਰ ਵੀ ਨਹੀਂ ਮਿਲਿਆ। ਇੱਕ ਸਾਧੂ ਦੀ ਕੁਟੀਆ ਆ ਗਈ ਜੋ ਗਿਰੀ ਸਾਧੂ ਸਨ, ਜਿਹੜੇ ਜੰਗਲ 'ਚ ਅਭਿਆਸ ਕਰਦੇ ਸਨ ਸੁਰਤ ਜੋੜ ਕੇ, ਉਹਨਾਂ ਨੂੰ ਉਹਨਾਂ ਦੀ ਕੁਟੀਆ ਕੋਲ ਜਦੋਂ ਗਿਆ ਉਹਨਾਂ ਨੂੰ ਕਿਹਾ ਮੈਨੂੰ ਜਲ ਪਿਆਓ, ਪਰ ਉਹਨਾਂ ਨੇ ਆਪਣੀ ਸਮਾਧੀ ਨਹੀਂ ਖੋਲੀ। ਇੱਕ ਕੋਲ ਮਰਿਆ ਸੱਪ ਪਿਆ ਸੀ, ਉਸ ਸੱਪ ਨੂੰ ਚੁੱਕ ਕੇ ਉਸ ਸਾਧੂ ਦੇ ਗਲੇ 'ਚ ਪਾਤਾ ਕਰੋਧ ਦੇ ਜਾ ਕੇ। ਜਦੋਂ ਸਾਧੂ ਦੀ ਨਿਗਾਹ ਖੁੱਲੀ ਤੇ ਰਾਜੇ ਪ੍ਰੀਸ਼ਦ ਨੂੰ ਆਖਿਆ, ਸਾਧੂ ਨੇ ਤੂੰ ਮਰਿਆ ਸੱਪ ਮੇਰੇ ਗਲ ਚ ਪਾਇਆ, ਜੋ ਤੈਨੂੰ ਤਸ਼ਕ ਨਾਗ ਲੜ ਕੇ ਤੇਰੀ ਮੌਤ ਹੋਏਗੀ। ਹੁਣ ਉਹਨੇ ਸੋਚਿਆ ਕਿ ਇਹ ਤਸ਼ਕ ਨਾਗ ਦੇ ਜਿਹੜੇ ਬਚਨ ਹੋ ਗਏ ਨੇ ਸਾਧੂ ਦੇ ਕਿਵੇਂ ਬਚਿਆ ਜਾਵੇ। ਉਸ ਵੇਲੇ ਇੱਕ ਦਰਵਿੰਦਰ ਵੈਦ, ਜਿਹੜਾ ਧਰਵਿੰਦਰ ਵੈਦ ਹੋਇਆ ਉਦੋਂ ਵੈਦ ਦਾ ਕੰਮ ਉੱਥੋਂ ਸ਼ੁਰੂ ਹੋਇਆ ਦੁਨੀਆਂ ਦੇ ਵਿੱਚ। ਧਰਵਿੰਦਰ ਵੈਦ ਹੋਇਆ ਉਹਦੇ ਕੋਲ ਇੰਨੀ ਕਿਰਪਾ ਸੀ ਕਿ ਜਦੋਂ ਕਿਸੇ ਸੱਪ ਦੇ ਡੰਗੇ ਨੂੰ ਆਪਣੀ ਨਿਗਾਹ ਨਾਲ ਵੇਖ ਲੈਂਦਾ ਸੀ
ਤਾਂ ਉਸ ਵੇਲੇ ਉਹ ਰਾਜੀ ਹੋ ਜਾਂਦਾ ਸੀ, ਉਹਦਾ ਯਾਰ ਖਤਮ ਹੋ ਜਾਂਦਾ, ਬਿਮਾਰੀ ਖਤਮ ਹੋ ਜਾਂਦੀ ਸੀ। ਹੰਚਲ ਗਏ ਕੇ ਸਾਧਕਾ ਕਰਨਾ ਏ ਸੰਸਾਰ ਜਪੋ, ਹੰਚਲ ਗਏ ਕੇ ਸਾਧਕਾ ਕਰਨਾ ਏ ਸੰਸਾਰ। ਅਰੇ ਗਿਆਨ ਜਿਨ੍ਹਾਂ ਨੂੰ ਨਹੀਂ ਹੁੰਦਾ ਉਹ ਇਸ ਵਚਨ ਦੀ ਪਰਵਾਹ ਨਹੀਂ ਕਰਦੇ, ਪਰ ਜਿਨ੍ਹਾਂ ਨੂੰ ਗਿਆਨ ਹੁੰਦਾ ਉਹ ਵਚਨ ਦੀ ਪਰਵਾਹ ਕਰਦੇ। ਸਾਧਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਗਿਆਨ ਤੇ ਆਨ ਕੁਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਓ, ਬੇਗਮ ਨਦੀ ਜਾਏ ਤਰਣੀ। ਅੰਚਲ ਗਏ ਕੇ ਸਾਧ ਕਾ ਤਰਨਾ ਏ ਸੰਸਾਰ। ਜਿਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਅਗਨ ਅਮਾਰੇ। ਦਇਆ ਕਰੋ ਕੁਛ ਮੇਰ ਪਾਓ, ਡੁੱਬਦੇ ਪਤਲ ਤਾਰੇ। ਜੇ ਗੁਰਸਾਂਗ ਵਰਤਦਾ ਸਿੱਖ ਸਿੱਖੋ ਨਾ ਹਾਰੇ। ਜੇ ਗੁਰ ਵਰਤਦਾ ਸਿੱਖ ਸਿੱਖੋ ਨਾ ਹਾਰੇ। ਜੇ ਮਾਂ ਹੋਵੇ ਜਾਰਨੀ, ਕਿਉਂ ਪੁੱਤ ਪਤਾ। ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ, ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ। ਜਪੋ ਜੇ ਗੁਰਸਾਂਗ ਵਰਤਦਾ ਸਿੱਖ ਸਿੱਧਕੋ ਹਾਰੇ। ਜੇ ਗੁਰਸਾਂਗ ਵਰਤਦਾ ਸਿੱਖ ਸਿੱਧਕੋ ਨਾਰੇ। ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰਾ ਸੱਚਾ ਸਾਧ, ਸਤਿਗੁਰ ਮੇਰਾ ਪੁਰਖ ਵਿਦਾਤਾ, ਸਭ ਮੇਰਾ ਸਭ ਸਿੱਖਾ ਦਾਤਾ। ਜੀਵਨ ਕੀ ਹੈ ਜਿਹੜਾ ਸਤਿਗੁਰੂ ਹੈ ਨਾ, ਉਹ ਬੜੀ ਉੱਚੀ ਇੱਕ ਦਾਤ ਹੈ। ਜਦੋਂ ਗੁਰੂ ਵਚਨ ਕਰ ਲੈਂਦਾ, ਇੱਥੇ ਵਚਨ ਕੀਤੇ ਸਨ ਗਿਰੀ ਉਦਾਸੀ ਨੇ, ਜਿਹੜਾ ਜੰਗਲ ਚ ਬੰਦਗੀ ਕਰ ਰਿਹਾ ਵੀ ਤੈਨੂੰ ਤਸਕ ਨਾਗ ਲੜ ਕੇ ਮਰੇਗਾ। ਪਰ ਇੱਕ ਪਾਸੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਚਨ ਯਾਦ ਰੱਖੋ, ਚੌਥੇ ਯੁੱਗ ਦੀ ਤੇ ਦੁਆਪਰ ਯੁੱਗ ਦੀ ਅਭਿਆਸ ਵਿੱਚ ਫਰਕ ਹੈ। ਜਦੋਂ ਧਰਵਿੰਦਰ ਵੈਦ ਨੂੰ ਪਤਾ ਲੱਗਾ ਕਿ ਇਹਨੂੰ ਤਸਕ ਰਾਜ ਨਾਗ ਦਾ ਸਰਾਫ ਮਿਲ ਗਿਆ ਤੇ ਮੇਰੇ ਕੋਲ ਹੁਣ ਪ੍ਰੀਸ਼ਤ ਰਾਜਾ ਆਇਆ, ਤੇ ਤਸਕ ਨਾਗ ਨੇ ਸੋਚਿਆ ਹੁਣ ਮੈਂ ਧਰਿੰਦਰ ਰਾਜ ਨੂੰ ਪਿਛਾਂ ਹਟਾਵਾਂ ਤੇ ਤਾਂ ਹੀ ਤੇ ਮੈਂ ਇਹਨੂੰ ਲੜਾਂਗਾ। ਸਤਿਗੁਰ ਮੇਰਾ
सर्व प्रत पाले सतगुर मेरा महाराज वाले। सतगुर मेरे की बड़े आई प्रगट पई सबने था। सतगुर मेरा पान दिनान सतगुर मेरा घर दीवान। सतगुर के हौसल जाया प्रगट मार्ग कर दिखलाया। जिन गुर सेवया तिन पाओ ना बे आपे। जिन गुर सेवया तिस सुख न संतापे। नानक सो दे सिमरत वेद पार ब्रह्म गुर नाही। जे गुर सांग वरत दा सिख सिद्ध को न हारे। सिख सिद्ध को न हारे। की दात मिली परिषद राजे नो बड़ा फिक्र पै गया कि उन तश्क नाग ने मेनु कटना है जे मेरी मौत होनी है तो मैं क्यों ना जाके मैं जाके तरविंतर वैद को जावा। तरविंतर जरा वैद सी उनिया अखां च बड़ा अमृत सी बड़ा जलाल सी कि जदों वो कट्टे हुए थे वेखदा सी ते वो सारा यार खत्म हो जांदा सी। कहिंदे ने जदों बड़ा सोहनी एक हीरिया की भरी सोटी खूंडी जिहड़ी आपां हत्थ च फड़ने आ ਇਹ ਬਣ ਗਿਆ ਤਸ਼ਕ ਨਾਗ। ਉਹਨੇ ਇੱਕ ਐਸਾ ਰੂਪ ਧਾਰਿਆ ਪਰ ਇਹ ਗੱਲ ਗੁਰਬਾਣੀ ਆਪਣਾ ਰਾਹ ਦੱਸਦੀ ਹੈ। ਇਹ ਦੁਆਪਰ ਦੀ ਗੱਲ ਆਪਣਾ ਰਾਹ ਹੈ। ਅਸੀਂ ਗੁਰਮਤਿ ਵਿੱਚ ਆ ਗਏ ਉਹ ਛਲ ਵਿੱਚ ਆਏ ਸਨ। ਛਲ ਬਲ ਬਲ ਬਾਵਣ ਪਾਇਓ ਉਹਦੇ ਵਿੱਚ ਛਲ ਦੇ ਕੰਮ ਹੁੰਦੇ ਰਹਿਣ ਪਰ ਸਾਡੇ ਰਾਜ ਵਿੱਚ ਗੁਰੂ ਨਾਨਕ ਦੇ ਰਾਜ ਵਿੱਚ ਕਿਸੇ ਨੇ ਛਲ ਨਹੀਂ ਕੀਤਾ। ਛੋਟੀ ਜਦੋਂ ਬਣ ਗਿਆ ਹੀਰਿਆਂ ਦੀ ਤੇ ਉਹਨੇ ਆਖਿਆ ਬੜੀ ਕੀਮਤੀ ਕਿਸੇ ਰਾਜੇ ਦੀ ਡਿੱਗੀ ਹੈ। ਉਹਨੇ ਜਦੋਂ ਤੱਕ ਉਹਨੂੰ ਫੜ ਕੇ ਖੇਡਦਾ ਰਿਹਾ ਉਹਨੂੰ ਲੈ ਕੇ ਟੁੱਟਦਾ ਰਿਹਾ। ਜਦੋਂ ਮਨ ਅੱਕ ਗਿਆ ਉਹਨੇ ਪਿੱਛੇ ਆਪਣੇ ਗਲੇ ਦੇ ਪਿੱਛੇ ਟੁੰਗ ਲਈ ਕਿਉਂਕਿ ਧਰਵਿੰਦਰ ਵੈਦ ਨੂੰ ਉੱਥੋਂ ਵੈਦਗੀ ਸ਼ੁਰੂ ਹੋਈ ਹੈ। ਤੇ ਉਸਨੇ ਸੋਚਿਆ ਕਿ ਜਦੋਂ ਉਹਨੇ ਟੰਗ ਦਿੱਤੀ ਉਹਨੇ ਆਪਣਾ ਰੂਪ ਧਾਰ ਕੇ ਸੱਪ ਦਾ ਉਹਦੀ ਗਰਦਨ ਦੇ ਪਿਛਲੇ ਪਾਸੇ ਜਿੱਥੇ ਉਹ ਵੇਖ ਨਾ ਸਕੇ ਉਹਦੀ ਮੌਤ ਹੋ ਗਈ। ਫਿਰ ਤਸ਼ਕ ਨਾਗ ਜਦੋਂ ਫੁੱਲਾਂ ਦੀ ਟੋਕਰੀ ਲੈ ਕੇ ਰਾਜਾ ਪ੍ਰੀਸ਼ ਜਾ ਰਿਹਾ ਸੀ ਫਿਰ ਉਹਨੂੰ ਕੱਟਿਆ। ਫਿਰ ਉਹਦੇ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਸੀ ਉਹਨੂੰ ਪਤਾ ਲੱਗਾ ਕਿ ਸਾਧੂਆਂ ਨੂੰ ਕਿਸ ਤਰ੍ਹਾਂ ਮਿਲੀਦਾ, ਜੀਵਨ ਦਾ ਮੁੱਲ ਕਿਵੇਂ ਪ੍ਰਾਪਤ ਹੁੰਦਾ। ਅੰਤਰ ਰਹਿ ਕੇ ਸਾਧਕਾ ਤਰਨਾ ਏ ਸੰਸਾਰ। ਬ੍ਰਹਮ ਆਰਾਧਿਐ ਕੁਦਰੇ ਸਭ ਪਰਵਾਰ। ਪਾਰ ਬ੍ਰਹਮ ਆਰਾਧਿਐ ਕੁਦਰੇ ਸਭ ਪਰਵਾਰ। ਅੰਤਰ ਗਏ ਸਾਧਕਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਅਰਜਨ ਕਾਇਆ ਪਲਕ ਕੇ
मूरत हर गोविंद सवारी चल्ली पीढ़ी सो दिया रूप दखावारी दल पंजन गुर सूरमा वड जो दबो पर उपकारी जन नानक सतगुर पूजया तिन हर पूज करावा पूज करावा पूज किन्ना दी होंदी है गुरु ने बख्शिश की इंसान दे पर कई बारी इंसान वो गल नहीं समझ पाता कि गुरु ने यह गल सानू दिती है कि असी इस गल नू समझे नहीं कि असी किस तरह गुरु दे नाल जुड़ना है ते किस तरह गुरु दे नाल जुड़ के अपने जीवन पल्ले पाउणा है। असी कई बारी भाई गुरदास जी की सेवा तो सानू नसीहत मिलती है सानू एक रस्ता मिलता सानू एक टिकाओ मिलता जदों गुरु ने एक गल बख्शी कि जाओ भाई गुरदास जी तुसी घोड़े खरीद के ले आओ कोई भी किसी नू कमांड दे दियो कोई भी किसी नू सेवा दे दियो भी गुरु ने इन्निया दे विचों मैनू ही सेवा दी उसनू संभालना बड़ा औखा है गुरु की छोह मिल जाए गुरु की नजर मिल जाए कि नजर नू नजर ना लग जाए अंचल गए के साधका संसार तरनाए संसार तरनाए संसार तरनाए संसार अंचल गए के साधका तरनाए संसार अंचल गए के ब्रह्म आराधिए उधर सब परवार पार ब्रह्म आराधिए उधर सब परवार घोड़िया नू खरीदने वास्ते चले गए की सोचते ने मन च मेरे ते इन्ना भरोसा गुरु नूं कहंदे ने फिर उदों मोहरां आउंदियां सन जदों गुथलियां भर के लै के चले गए कहंदे फिर साडे नाल महाराज राखा कहंदे तुहाडे नाल कीर्तन सोहला जदों मैं कोई रात नूं इन्हां दी माया वल तंबू लगा सी कोई वेखदा सी ते ऐ पता लगदा सी वी कृपान दे नाल संतरी बैठा होया जदों घोड़िया नाल मुल लै लिया मुल पै गया घोड़े दी दलाली हो गई ते जदों आ के वेख्या ते मोहरां ठीकरियां नजर आउण कोई मोहरां लै गया ते ठीकरियां रख गया हसी खते बहुत कमामदे अंत न पारावार
हर कृपा करके बख्श लो पापी बड़ गुनगार। मैं होर हां ते चला जागा जद तक माया पूरी ना होगी। सवेरे उन्होंने माया दे के जिहड़ी घोड़े हिकन वाले सन वह घोड़िया लाए भाई गुरदास जी तंबू थलो पाड़ के निकल गए काशी चले गए। मैं होर थाऊं नहीं जिस पे करो बेनती मेरा दुख सुख तुझे ही पासे अंचल कह के साध का करना है संसार मालिक जाना थो कर हर के चरण दान नानक जाचक दर तेरे प्रभु दुनो मंगे दान जपो अंचल के साध का अंचल कहते अंचल गह के साधका साधका अंचल गह के साधका अंचल गह के साधका तरना ए संसार भाई गुरदास जी जदों कीर्तन करदे इधर घोड़े पहुंच गए ते जदों आख्या भाई गुरदास जी नहीं आए ते गुरु साहब कहंदे ने सानू पता किथे गया। जदों मध्यान हुंदा ना बाहरों बिना सिलेबस तो पेपर आ जाने जे कढ़ लैंदा तो नंबर ही बड़े उच्चे हुंदे। आखिरकार राजे नूं कीर्तन सुणांदे सन राजा बड़ा मेहरबान सी वो कहंदे तेरी माया पूरी कर देंगे जिन्नी तू कहेगा। कहंदे नहीं असीं कीर्तन करांगे। आखिरकार गुरु ने हुक्म दिता जिथे भाई गुरदास जी मिलते ने उथे उन्हों का मुश्क बन के मूह नूं काला कर दिया। साध संगत असी किन्ने क्रोध च आ जाने जे रागी चंगे होंदे ते गुरु अर्जन देव महाराज क्यों कहंदे जिहड़ा इन्हां नूं मनावे उहदा मूह काला। अज इह माया नाल मनदे ने उहदा नहीं मनदे। कदे विचार नहीं कीती ये माई माया छल किवें डंग मारदी। भाई गुरदास जी कोल जदों सिख पहुंच गए जलंधर ते भाई जी भाई गुरदास जी ने जांदिआं नूं आप ही मूंह नूं हथ काले करके चुल्हे की कल खिला के ते रस्सी दे नाल हथ बन लै मैं गुरु का चोर हाँ। हों परादी गुनागार बेमुख मंदा हों अपराधी गुनागार हों बेमुख मंदा चोर यार जवार हों पर कर न जान निंदक दुष्ट हराम खोर ठग देश ठगंदा काम करोध मद लोभ मोह कार कर
ਬੰਦਾ ਵਿਸ਼ਵਾਸ ਕਾਤੀਆ ਕਿਰਤ ਕਰ ਮੈਂ ਉਹ ਨਾ ਰਹਿੰਦਾ ਸਿਮਰ ਮਾਰੀ ਦਿਆ ਕਾਦੀਆਂ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਜਪੋ ਜਪੋ ਅੰਚਲ ਕਹਿ ਕੇ ਸਾਧਕਾ ਕਰਨਾ ਸੰਸਾਰ ਅੰਚਲ ਕਹਿ ਕੇ ਪਰ ਬ੍ਰਹਮ ਆਰਾਧਿਏ ਉਤਰੇ ਸਭ ਪਰਵਾਰ ਪਰ ਬ੍ਰਹਮ ਆਰਾਧਿਏ ਉਤਰੇ ਸਭ ਪਰਵਾਰ ਅੰਚਲ ਗੁਰਦਾਸ ਜੀ ਨੂੰ ਜਿਉਂ ਜਿਉਂ ਅੰਮ੍ਰਿਤਸਰ ਦੀ ਧਰਤੀ ਵਿੱਚ ਪਹੁੰਚ ਗਏ ਆਪਣੇ ਆਪ ਨੂੰ ਲਾਹਨਤਾ ਪਾਉਂਦਾ ਆਪਣੇ ਆਪ ਨੂੰ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਮੈਨੂੰ ਬਖਸ਼ ਲਓ ਸਾਧ ਸੰਗਤ ਬਖਸ਼ਾ ਕਿਤੋਂ ਜਾਂਦਾ ਤਰਦਾ ਉਦੋਂ ਬੰਦਾ ਤੇ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖ਼ਤ ਸਾਹਿਬ ਆਏ ਤੇ ਵੇਖਿਆ ਕਿ ਭਾਈ ਗੁਰਦਾਸ ਜੀ ਨੇ ਮੂੰਹ ਕਾਲਾ ਕੀਤਾ ਹੋਇਆ ਕਹਿੰਦੇ ਹਨ ਫਿਰ ਆਖਿਆ ਤੁਸੀਂ ਮੂੰਹ ਕਿਉਂ ਕਾਲਾ ਕੀਤਾ ਤੁਸੀਂ ਆਪਣੇ ਹੱਥ ਕਿਉਂ ਪਿੱਛੇ ਬੰਨੇ ਨੇ ਕਹਿਣ ਲੱਗੇ ਕਿ ਮਹਾਰਾਜ ਇਹ ਤੁਹਾਡਾ ਹੁਕਮ ਸੀ ਕਿ ਭਾਈ ਗੁਰਦਾਸ ਜੀ ਨੂੰ ਜਿੱਥੇ ਵੇਖਦੇ ਹੋ ਉੱਥੇ ਹੀ ਮੁਸਕਾਂ ਬੰਨ ਕੇ ਲਿਆ ਸਤ ਸੰਗਤ ਮੁਸਕਾਂ ਬੰਨ ਕੇ ਕਿਦੋਂ ਬੰਦਾ ਲਿਆਂਦਾ ਕਹਿ ਲੈ ਕੇ ਭਾਈ ਗੁਰਦਾਸ ਜੀ ਦੇ ਹੱਥ ਖੋਲ ਦਿਓ ਇਹਨੂੰ ਇਸ਼ਨਾਨ ਕਰਕੇ ਲਿਆਓ ਸਰੋਵਰ ਚ ਕਹਿੰਦੇ ਅੱਧ ਦੇ ਬਾਅਦ ਜਿਵੇਂ ਤੇਰੀਆਂ ਹੱਥ ਖੜੀਆਂ ਖੁੱਲੀਆਂ ਨੇ ਇਵੇਂ ਦਰਗਾਹ ਦੇ ਵਿੱਚ ਤੇਰੇ ਕੋਲ ਇੱਕ ਸੀਧ ਮਿਲੇਗੀ ਪੰਥ ਖਾਲਸਾ ਨੂੰ ਉਹਨਾਂ ਦੀ ਜਮਾਂ ਦੀ ਖੁਲਾਸੀ ਇਵੇਂ ਹੋਵੇਗੀ ਜਿਵੇਂ ਤੇਰੀ ਹੱਥ ਖੜੀਆਂ ਦੇ ਖੁੱਲੀਆਂ ਤੇਰੀ ਇਸ ਸੇਵਾ ਤੋਂ ਪੰਥ ਨੂੰ ਸੀਧ ਮਿਲੇਗੀ ਇਮਾਨਦਾਰੀ ਦੀ ਵਫਾਦਾਰੀ ਦੀ ਪੰਥ ਦੇ ਹੁਕਮ ਵਿੱਚ ਰਹਿਣ ਦੀ ਇਹ ਤੇਰਾ ਇੱਕ ਬਹੁਤ ਵੱਡਾ ਇੱਕ ਤੇਰਾ ਬੰਦਗੀ ਦਾ ਹਿੱਸਾ ਹੋਏਗਾ ਜਿਹਦੇ ਵਿੱਚ ਖਾਲਸੇ ਨੂੰ ਜੀਵਨ ਦਾ ਇੱਕ ਰਾਹ ਮਿਲੇਗਾ।